ਅਸਲਾਮ ਅਲੈਕੁਮ ਕਿਸਾਨ ਭਰਾਵਾਂ ਨੂੰ। ਕਿਸਾਨ ਭਰਾਵਾਂ ਦੇ ਵਾਸਤੇ ਅੱਜ ਜਿਹੜਾ ਵੀਡੀਓ ਪੈਗਾਮ ਹੈ ਪਿਆ, ਉਸ ਵਿੱਚ ਕੀ ਹੈ ਪਿਆ ਕਿ ਅੱਗੇ ਜਿਹੜਾ ਸਤੰਬਰ ਮਹੀਨਾ ਚੱਲ ਰਹੀ ਹੈ, ਇਸ ਵਿੱਚ ਕਿਹੜੀ ਫਸਲ ਕਾਸ਼ਤ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਵਿੱਚ ਯਾਨੀ ਉਹ ਆਪਾਂ ਫਸਲ ਲੈ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਵਿੱਚ ਕਨੋਲਾ ਜਾਂ ਗੰਦਮ ਕਾਸ਼ਤ ਕਰ ਸਕੀਏ, ਇਸ ਥੋੜ੍ਹੇ ਜਿਹੇ ਦੌਰਾਨੀਏ ਦੇ ਵਿੱਚ ਆਪਾਂ ਕਿਹੜੀ ਫਸਲ ਕਾਸ਼ਤ ਕਰ ਸਕਦੇ ਹਾਂ, ਇਸ ਬਾਰੇ ਪੈਗਾਮ ਹੈ ਪਿਆ। ਕਿਸਾਨ ਭਰਾ ਕੋਈ ਵੀ ਫਸਲ ਕਾਸ਼ਤ ਕਰਦੇ ਹੋ, ਉਸ ਪੈਦਾਵਾਰ ਲਵਣ ਦੇ ਵਾਸਤੇ ਯਾਨੀ ਕਿ ਆਪਾਂ ਉਸ ਵਿੱਚ ਅਰਨਿੰਗ ਕਰਨੀ ਹੈ, ਪੈਸਾ ਬਣਾਉਣਾ ਹੈ ਪਿਆ, ਅਤੇ ਉਹ ਫਸਲ ਕਾਸ਼ਤ ਕਰਨੀ ਹੈ ਜਿਸ ਵਿੱਚ ਦੌਰਾਨੀਆ ਵੀ ਥੋੜ੍ਹਾ ਹੋਵੇ, ਦੂਸਰੇ ਨੰਬਰ 'ਤੇ ਆਪਾਂ ਅੱਛਾ ਪ੍ਰੋਫਿਟ ਵੀ ਲੈ ਸਕੀਏ। ਇਸ ਦੌਰਾਨੀਆ ਦੇ ਵਿੱਚ ਕਿਉਂ ਦੌਰਾਨੀਆ ਕੰਮ ਹੈ ਪਿਆ ਅਤੇ ਅੱਗੇ ਆਪਾਂ ਗੰਦਮ ਵੀ ਕਾਸ਼ਤ ਕਰਨੀ ਹੈ ਅਤੇ ਦੂਸਰੇ ਨੰਬਰ 'ਤੇ ਰਾਇਆ ਕਨੋਲਾ ਵੀ ਕਾਸ਼ਤ ਕਰਨੇ ਹੈ ਪਿਆ, ਅਤੇ ਉਸ ਇਸ ਦੌਰਾਨੀਆ ਦੇ ਵਿੱਚ ਜਿਹੜਾ ਆਪਾਂ ਫਸਲ ਕਾਸ਼ਤ ਕਰ ਸਕਦੇ ਹਾਂ ਉਹ ਹੈ ਸਾਗ। ਇਸ ਨੂੰ ਆਪਾਂ ਅਗਰ ਕਾਸ਼ਤ ਕਰਨੇ ਆ ਪਏ ਤਾਂ ਇਹ ਥੋੜ੍ਹੇ ਦਿਨਾਂ ਦੇ ਵਿੱਚ ਹੀ ਆਪਾਂ ਤਿਆਰ ਕਰਕੇ ਅਤੇ ਇਸ 'ਤੇ ਆਪਾਂ ਕਾਸ਼ਤ ਇਹ ਜਿਹੜੀ ਕੀਤੀ ਹੈ ਵੀ ਉਸ 'ਤੇ ਅੱਗੇ ਸੇਲ ਕਰਕੇ ਅਤੇ ਅੱਛਾ ਪ੍ਰੋਫਿਟ ਕਮਾ ਸਕਦੇ ਹਾਂ ਪਏ। ਇੱਕ ਤਾਂ ਇਸ ਦਾ ਦੌਰਾਨੀਆ ਥੋੜ੍ਹਾ ਪਿਆ, ਦੂਸਰੇ ਨੰਬਰ 'ਤੇ ਇਸ ਦੀ ਪੈਦਾਵਾਰ ਅੱਛੀ ਆ ਜਾਂਦੀ ਹੈ, ਤੀਸਰੇ ਨੰਬਰ 'ਤੇ ਕੀ ਹੈ ਪਿਆ ਕਿ ਇਸ ਉੱਪਰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਹੈ ਪਈ ਅਤੇ ਆਪਾਂ ਅੱਛਾ ਪ੍ਰੋਫਿਟ ਲੈ ਸਕਦੇ ਹਾਂ। ਸਾਗ ਤੁਸੀਂ ਕਾਸ਼ਤ ਕਰੋ ਇਸ ਦੌਰਾਨੀਏ ਦੇ ਵਿੱਚ ਅਤੇ ਅੱਛਾ ਪ੍ਰੋਫਿਟ ਕਮਾਓ। ਸ਼ੁਕਰੀਆ ਕਿਸਾਨ ਭਰਾਵਾਂ ਦਾ।